ਕੀ ਤੁਸੀਂ ਸੁਣਿਆ ਹੈ ਕਿ ਕਦੇ ਕਿਸੇ ਨੂੰ ਥੱਪੜ ਮਾਰੋ ਅਤੇ ਤੁਹਾਨੂੰ ਇਨਾਮ ਮਿਲੇ? ਪਰ ਅਜਿਹਾ ਹੋਇਆ, ਉਹ ਵੀ ਪੰਜਾਬ ਦੇ ਵਿੱਚ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਏਟੀਵੀ ਭਾਰਤ ਅਤੇ ਮੈਂ ਤੁਹਾਡੇ ਨਾਲ ਇਤਰ ਅਮਨ। ਅੱਜ ਗੱਲ ਕਰਾਂਗੇ ਕੰਗਣਾ ਅਤੇ ਕੁਲਵਿੰਦਰ ਦੇ ਮਾਮਲੇ ਦੀ, ਜਿਸ ਨੂੰ ਕਿ ਤੁਸੀਂ ਸਾਰੇ ਜਾਣਦੇ ਹੋ, ਜੋ ਕਿ ਕੱਲ੍ਹ ਮੋਹਾਲੀ ਦੇ ਏਅਰਪੋਰਟ ਮਾਮਲੇ ਦੇ ਵਿੱਚ ਇੱਕ ਨਵਾਂ ਹੀ ਹੁਣ ਟਵਿਸਟ ਆ ਗਿਆ। ਦੱਸ ਦਈਏ ਕਿ ਮਾਮਲੇ ਦੇ ਵਿੱਚ ਟਵਿਸਟ ਉਦੋਂ ਆਇਆ ਜਦੋਂ ਕਿ ਇੱਕ ਪਾਸੇ ਕੁਲਵਿੰਦਰ ਦੀ ਨੌਕਰੀ ਗਈ ਤਾਂ ਦੂਜੇ ਪਾਸੇ ਇਨਾਮਾਂ ਦੀ ਝੜੀ ਲੱਗ ਗਈ। ਕੁਲਵਿੰਦਰ ਨੂੰ ਅੰਮ੍ਰਿਤਸਰ ਸਾਹਿਬ ਦੇ ਇੱਕ ਹਸਪਤਾਲ ਦੇ ਵਿੱਚ ਸੁਪਰਵਾਈਜ਼ਰ ਦੀ ਡਿਊਟੀ ਦਾ ਔਫਰ ਦਿੱਤਾ ਗਿਆ, ਤਾਂ ਉੱਧਰ ਜ਼ੀਰਕਪੁਰ ਦੇ ਵਿੱਚ ਕਾਰੋਬਾਰੀ ਸ਼ਿਵਰਾਜ ਬੈਂਸ ਦੇ ਵੱਲੋਂ ਕੁਲਵਿੰਦਰ ਕੌਰ ਨੂੰ 1 ਲੱਖ ਰੁਪਏ ਇਨਾਮ ਦਾ ਐਲਾਨ ਕਰ ਦਿੱਤਾ ਗਿਆ। ਕੁਲਵਿੰਦਰ ਵੱਲੋਂ ਇਸ ਘਟਨਾ ਨੂੰ ਲੈ ਕੇ ਅੰਜਾਮ ਦੇਣ ਮਗਰੋਂ ਤਰ੍ਹਾਂ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਨੇ, ਅਤੇ ਨਾਲ ਹੀ ਆਗੂ ਜੇ ਕਿਸਾਨ ਆਗੂ ਨੇ ਜਗਜੀਤ ਸਿੰਘ ਡੱਲੇਵਾਲ ਨੇ ਆਖਿਆ ਕਿ ਇਸ ਦੇ ਵਿੱਚ ਬੱਚਿਆਂ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਰਹੀ। ਜਗਜੀਤ ਸਿੰਘ ਡੱਲੇਵਾਲ ਨੇ ਸੰਬੋਧਨ ਕਰਦਿਆਂ ਇੱਕ ਵੀਡੀਓ ਜਾਰੀ ਕੀਤੀ ਹੈ, ਉਸ ਦੇ ਵਿੱਚ ਕਿਹਾ ਗਿਆ ਹੈ ਕਿ ਕੱਲ੍ਹ ਰਾਤ ਨੂੰ ਉਸਦੇ ਬੱਚਿਆਂ ਦਾ ਕੋਈ ਵੀ ਪਤਾ ਨਹੀਂ ਲੱਗ ਰਿਹਾ, ਇਸ ਕਰਕੇ ਮੀਡੀਆ ਨੂੰ ਉਸਦੇ ਬੱਚਿਆਂ ਦੀ ਸਹੀ ਜਾਣਕਾਰੀ ਦੇਣੀ ਚਾਹੀਦੀ ਹੈ। ਇਹ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਕਿ ਕੁਲਵਿੰਦਰ ਕੌਰ ਦੇ ਬੱਚੇ ਨਹੀਂ ਮਿਲ ਰਹੇ। ਉੱਧਰ ਦੂਸਰੇ ਪਾਸੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਆਖਿਆ ਕਿ ਅਸੀਂ ਕੁਲਵਿੰਦਰ ਦੇ ਨਾਲ ਨਾਲ ਕਿਸੇ ਵੀ ਤਰ੍ਹਾਂ ਦੀ ਵਧੀਕੀ ਨੂੰ ਬਰਦਾਸ਼ਤ ਨਹੀਂ ਕਰਾਂਗੇ। ਅਤੇ ਨਾਲ ਹੀ ਉੱਧਰ ਹਰਪ੍ਰੀਤ ਸਿੰਘ ਮਿੱਠਾ, ਜੋ ਕਿ ਭਾਰਤੀ ਕਿਸਾਨ ਯੂਨੀਅਨ ਦੁਆਬਾ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਨੇ, ਉਹਨਾਂ ਨੇ ਵੀ ਸਾਫ਼ ਸਾਫ਼ ਐਲਾਨ ਕਰ ਦਿੱਤਾ, ਜਾਂ ਕਹਿ ਲਈ ਕਿ ਸਰਕਾਰਾਂ ਨੂੰ ਇੱਕ ਵੰਗਾਰ ਪਾਈ ਹੈ ਕਿ ਅਸੀਂ ਆਪਣੀ ਭੈਣ ਦੇ ਨਾਲ ਖੜ੍ਹੇ ਹਾਂ ਜੇਕਰ ਕਿਸੇ ਨੇ ਵੀ ਉਸ ਦੇ ਨਾਲ ਵਧੀਕੀ ਜਾਂ ਫਿਰ ਕੋਈ ਅਜਿਹਾ ਵਤੀਰਾ ਅਪਣਾਇਆ ਜੋ ਕਿ ਗੈਰ ਕਾਨੂੰਨੀ ਹੋਇਆ, ਤਾਂ ਕਿਸਾਨ ਉਸ ਦੇ ਨਾਲ ਡਟ ਕੇ ਖੜ੍ਹੇ ਨੇ ਅਤੇ ਫਿਰ ਉਸਦਾ ਅੰਜਾਮ ਸਰਕਾਰਾਂ ਨੂੰ ਭੁਗਤਣਾ ਹੋਵੇਗਾ। ਦੋਸਤੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਕਾਫੀ ਚਿਰ ਤੋਂ ਇੱਕ ਖਬਰ ਚੱਲ ਰਹੀ ਹੈ, ਬਹੁਤ ਰੌਲਾ ਪੈ ਰਿਹਾ ਹੈ ਕਿ ਇੱਕ ਲੜਕੀ ਨੇ ਚੰਡੀਗੜ੍ਹ ਏਅਰਪੋਰਟ ਤੇ ਕੰਗਣਾ ਰਣੌਤ, ਜੋ ਮੰਡੀ ਤੋਂ, ਹਿਮਾਚਲ ਦੀ ਮੰਡੀ ਤੋਂ ਜੋ MP ਬਣ ਕੇ ਆਈ ਹੈ, ਉਹਦੇ ਕੋਈ ਥੱਪੜ ਮਾਰਨ ਦੀ ਗੱਲ ਹੋ ਰਹੀ ਹੈ। ਸਵਾਲ ਇਹ ਹੈ ਕਿ ਥੱਪੜ ਕਿਉਂ ਮਾਰਿਆ, ਕਿਵੇਂ ਵੱਜਿਆ, ਇਹ ਤਾਂ ਇੱਕ ਲੰਬੀ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਕੀ ਕਾਰਨ ਹੋਇਆ ਥੱਪੜ ਮਾਰਨ ਦਾ। ਲੇਕਿਨ ਜਿਹੜੀ ਗੱਲ ਇੱਕ ਚੈਨਲ ਦੇ ਉੱਤੇ ਮੈਂ ਗੱਲਬਾਤ ਦੇ ਲਈ ਜੁੜਿਆ ਸੀ ਤੇ ਮੇਰੇ ਨਾਲ ਹਰਜੀਤ ਗਰੇਵਾਲ ਜੁੜਿਆ, ਵੀ ਭਾਜਪਾ ਦਾ ਲੀਡਰ, ਉਹਦੇ ਵੱਲੋਂ ਜੋ ਗੱਲ ਕਹੀ ਗਈ, ਉਹਦੇ ਵੱਲੋਂ ਇਹ ਕਿਹਾ ਗਿਆ ਕਿ ਉੱਥੇ ਜਿਸ ਵੇਲੇ ਚੈਕਿੰਗ ਹੋ ਰਹੀ ਸੀ, ਚੈਕਿੰਗ ਸਮੇਂ ਮੋਬਾਈਲ ਲਿਜਾਣ ਪਿੱਛੇ ਰੌਲਾ ਪਿਆ ਹੈ, ਇਹ ਗੱਲ ਕਹੀ ਹੈ ਹਰਜੀਤ ਗਰੇਵਾਲ ਨੇ। ਹੁਣ ਮੇਰੀ ਬੇਨਤੀ ਇੱਥੇ ਇਹ ਹੈ ਕਿ ਬਈ ਜੇਕਰ ਸਾਡੀ ਉੱਥੇ ਕੰਗਣਾ ਰਣੌਤ ਇੱਕ ਲੜਕੀ ਆ, ਮੈਂ ਕਿਸੇ ਲੜਕੀ ਨੂੰ ਕੋਈ ਇਹੋ ਜਿਹੀ ਮਾੜੀ ਸ਼ਬਦਾਵਲੀ ਵਰਤਣੀ ਜੋ ਵਾਜਬ ਨਹੀਂ ਸਮਝਦਾ, ਉਹਨੂੰ ਇਹ ਚਾਹੀਦਾ ਸੀਗਾ ਜੇ ਤੂੰ MP ਬਣ ਗਈ ਆ ਭਾਈ ਬੀਬਾ, ਫਿਰ ਤੂੰ ਇਹ ਸਾਰੇ ਕਦੇ ਕਾਨੂੰਨ ਤੋੜ ਦੇਂਗੀ? ਜੇਕਰ ਮੋਬਾਈਲ ਦੀ ਚੈਕਿੰਗ ਕਰਨ ਮੌਕੇ ਮੋਬਾਈਲ ਨਹੀਂ ਨਾਲ ਜਾਣ ਦਿੱਤਾ ਜਾਂਦਾ ਤਾਂ ਤੁਹਾਡਾ ਫਰਜ਼ ਬਣਦਾ ਕਿ ਲਓ ਬਾਈ ਸਾਹਿਬ, ਤੁਹਾਡਾ ਤਾਂ ਹੋਰ ਫਰਜ਼ ਵੱਧ ਗਿਆ, ਹੋਰ ਜ਼ਿੰਮੇਵਾਰੀ ਬਣ ਗਈ ਕਿ ਤੁਸੀਂ ਰੋਲ ਮਾਡਲ ਬਣ ਗਏ, ਤੁਸੀਂ ਲੋਕਾਂ ਨੂੰ ਦੱਸਣਾ ਹੈ ਕਿ ਭਾਈ ਕਾਨੂੰਨ ਦੀ ਪਾਲਣਾ ਐਂ ਕੀਤੀ ਜਾਂਦੀ ਹੈ। ਪਰ ਤੁਸੀਂ ਉਹਨੂੰ ਮਤਲਬ ਆਪਦੀ ਈਗੋ 'ਚ ਆ ਕੇ, ਆਪਦੀ ਈਗੋ ਨੂੰ ਹਰਟ ਹੁੰਦੀ ਵੇਖ ਕੇ ਤੁਸੀਂ ਉਹਨੂੰ ਮੋਬਾਈਲ ਤੱਕ ਨਹੀਂ, ਉਹਨਾਂ ਨੂੰ ਫੜਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਜਹਿਮਤ ਨਹੀਂ ਉਠਾਈ, ਔਰ ਜਿੰਨਾ ਗੱਲਾਂ ਤੋਂ ਇਹ ਡਿਸਪਿਊਟ ਵਧਿਆ ਜਿਵੇਂ ਹਰਜੀਤ ਗਰੇਵਾਲ ਨੇ ਦੱਸਿਆ। ਹੁਣ ਸਵਾਲ ਇਹ ਹੈ ਵੀ ਇਹ ਜਿਹੜਾ ਅੱਗੇ ਕਿਹਾ ਜਾ ਰਿਹਾ ਹੈ ਵੀ ਉਹ ਕੁੜੀ ਕਹਿੰਦੀ ਹੈ ਕਿ ਤੂੰ ਮੇਰੀ ਮਾਂ ਨੂੰ, ਤੂੰ ਉੱਥੇ ਬੀਬੀਆਂ ਨੂੰ ਧਰਨੇ 'ਚ
ਇਸ ਤਰ੍ਹਾਂ ਬੋਲਦੀ ਰਹੀ ਹੈ, 100-100 ਰੁਪਈਆ ਲੈ ਕੇ ਆਈਆਂ ਬੋਲਦੀ ਰਹੀ ਹੈ। ਹੁਣ ਜੇ ਉਸ ਗੱਲ ਦੇ ਉੱਤੇ ਗੱਲ ਕਰੀਏ ਤਾਂ ਗੱਲ ਉਹ ਵੀ ਬੜੀ ਇੰਪੋਰਟੈਂਟ ਹੈ ਕਿ ਕਿਸੇ ਨੂੰ ਵੀ ਕਿਸੇ ਸਮਾਜ ਪ੍ਰਤੀ ਕਿੰਨਾ ਲੋਕਾਂ ਪ੍ਰਤੀ ਕਿਸੇ ਤਰ੍ਹਾਂ ਦੀ ਵੀ ਮਾੜੀ ਸ਼ਬਦਾਵਲੀ ਵਰਤਣ ਦਾ ਕੋਈ ਸਰਟੀਫਿਕੇਟ ਨਹੀਂ ਮਿਲ ਜਾਂਦਾ। ਮੈਂ ਕਹਿੰਦਾ ਜੇ ਕੰਗਨਾ ਰਣਾਉਤ ਇੱਕ ਐਕਟਰੈਸ ਹੈ, ਇੱਕ ਕਲਾਕਾਰ ਹੈ, ਤਾਂ ਉਹਨੂੰ ਇਹ ਤਾਂ ਸਰਟੀਫਿਕੇਟ ਕਿਸੇ ਨੇ ਨਹੀਂ ਦਿੱਤਾ ਨਾ ਕਿ ਤੂੰ ਜੋ ਮਰਜ਼ੀ ਬੋਲੇ। ਔਰ ਉਹ ਆਪਾਂ ਨੂੰ ਸਾਰੀ ਦੁਨੀਆ ਨੂੰ ਪਤਾ, ਹਰ ਇੱਕ ਨੂੰ ਪਤਾ ਹੈ ਜੋ ਉਹਦੇ ਵੱਲੋਂ ਬੋਲਿਆ ਗਿਆ। ਹੋ ਸਕਦਾ ਕਿਸੇ ਕਹਾ ਸੁਣੀ ਦੇ ਵਿੱਚੋਂ ਗੱਲ ਵੱਧਦੀ ਇਸ ਪੁਆਇੰਟ ਤੇ ਗੱਲ ਚਲੀ ਗਈ ਹੋਵੇ ਜਿਹਦੇ ਜਵਾਬ 'ਚ ਉਸ ਲੜਕੀ ਨੇ ਕਿਹਾ ਹੋਵੇ। ਸੋ ਇਸ ਕਰਕੇ ਇਸ ਲੜਕੀ ਦੇ ਨਾਲ ਇਹ ਵੀ ਮੈਨੂੰ ਪਤਾ ਲੱਗਿਆ ਕਿ ਉਸ ਲੜਕੀ ਨੂੰ ਇਹਨਾਂ ਨੇ ਪੁਲਿਸ ਦੀ ਕਸਟਡੀ 'ਚ ਲੈ ਲਿਆ। ਸਾਡੀ ਬੇਨਤੀ ਹੈ ਕਿ ਕਿਸੇ ਨਾਲ ਵੀ ਅਗਰ ਉਸ ਲੜਕੀ ਨਾਲ ਕਿਸੇ ਤਰ੍ਹਾਂ ਦੀ ਵੀ ਬੇਇਨਸਾਫੀ ਹੁੰਦੀ ਹੈ ਤਾਂ ਸਾਨੂੰ ਉਸ ਲੜਕੀ ਦੇ ਨਾਲ ਖੜਨਾ ਪਏਗਾ। ਇਹਦੇ ਨਾਲ ਮੈਂ ਸਮਝਦਾ ਸਾਡੀ ਸਰਕਾਰ ਨੂੰ ਖੁਦ ਇਸ ਗੱਲ ਦੇ ਉੱਤੇ ਵਿਸ਼ੇਸ਼ ਧਿਆਨ ਦੇ ਕੇ ਇਹਦੇ 'ਤੇ ਪਹਿਰਾ ਦੇਣਾ ਚਾਹੀਦਾ। ਕਿਸੇ ਤਰ੍ਹਾਂ ਦੀ ਵੀ ਉਸ ਲੜਕੀ ਦੇ ਨਾਲ ਬੇਇਨਸਾਫੀ ਨਹੀਂ ਹੋਣੀ ਚਾਹੀਦੀ। ਅਗਰ ਹੋਏਗੀ ਤਾਂ ਫਿਰ ਸਾਨੂੰ ਮਜਬੂਰਨ ਉਸ ਲੜਕੀ ਦੇ ਨਾਲ ਖੜਨਾ ਪਏਗਾ ਔਰ ਅਸੀਂ ਖੜਾਂਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਰਵਣ ਸਿੰਘ ਪੰਦੇਰ ਇਸ ਵੇਲੇ ਸ਼ੰਭੂ ਬਾਰਡਰ ਤੋਂ ਬੋਲ ਰਿਹਾ ਜੀ। ਜਿਹੜੀਆਂ ਖਬਰਾਂ ਆਈਆਂ ਨੇ ਵੀ ਏਅਰਪੋਰਟ ਦੇ ਉੱਤੇ ਭੈਣ ਕੰਗਨਾ ਰਣਾਉਤ ਜਿਹੜੀ ਇਸ ਵੇਲੇ ਭਾਜਪਾ ਦੀ MP ਆ, ਉਹਨਾਂ ਦਾ ਅਜਿਹਾ ਕਹਿਣਾ ਵੀ ਉਹਨਾਂ ਨੂੰ ਕਿਸੇ ਨੇ ਚਪੇੜ ਮਾਰੀ ਆ। ਔਰ ਉਹ ਬੀਬੀ ਕੁਲਵਿੰਦਰ ਪੰਜਾਬ ਕਪੂਰਥਲਾ ਮਾਹੀਵਾਲ ਦੀ ਸੁਣੀ ਜਾ ਰਹੀ ਆ। ਜਿਹੜੀ ਇਹ ਘਟਨਾ ਵਾਪਰੀ ਆ, ਜਿਹੜੀ ਕੰਗਨਾ ਰਣਾਉਤ ਜੀ ਨੇ, ਇਹ ਪਹਿਲੋਂ ਵੀ ਕਿਸਾਨਾਂ ਮਜ਼ਦੂਰਾਂ ਦੀਆਂ ਮਾਵਾਂ ਭੈਣਾਂ ਅਤੇ ਪੰਜਾਬੀਆਂ ਬਾਰੇ ਬਹੁਤ ਸਾਰੀਆਂ ਇਹੋ ਜਿਹੀਆਂ ਟਿੱਪਣੀਆਂ ਕੀਤੀਆਂ ਉਹਨਾਂ ਨੇ ਜਿਹੜੀਆਂ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਆ। ਵੱਡੀ ਉਮਰ ਦੀਆਂ ਮਾਵਾਂ ਭੈਣਾਂ ਬਾਰੇ ਕੰਗਨਾ ਰਣਾਉਤ ਜੀ ਬਹੁਤ ਗਲਤ ਬੋਲਦੇ ਰਹੇ ਨੇ ਵੀ ਇਹ ਦਿਹਾੜੀ ਲੈ ਕੇ ਮੋਰਚੇ 'ਚ ਜਾਂਦੀਆਂ ਹੈਗੀਆਂ ਨੇ, ਤਾਂ ਮੈਨੂੰ ਲੱਗਦਾ ਇਸ ਦਾ ਹੀ ਪ੍ਰਗਟਾਵਾ ਵਾ। ਠੀਕ ਆ, ਤਾਂ ਇਹ ਘਟਨਾ ਉਹਦੇ 'ਚ ਹੋਈ ਲੱਗਦੀ ਆ। ਦੂਸਰਾ ਜੋ ਕਿਹਾ ਜਾ ਰਿਹਾ ਵੀ ਬੀਬੀ ਜੀ ਨੇ ਵੀ, ਕੰਗਨਾ ਰਣਾਉਤ ਜੀ ਨੇ ਵੀ ਬਦਤਮੀਜ਼ੀ ਕੀਤੀ ਆ, ਜ਼ਰੂਰ ਡੋਪ ਟੈਸਟ ਹੋਣਾ ਚਾਹੀਦਾ, ਇਹ ਜਾਂਚ ਦਾ ਵਿਸ਼ੇ ਆ। ਦੂਸਰੀ ਗੱਲ, ਅਸੀਂ ਕਿਸੇ ਘਟਨਾਵਾਂ ਨੂੰ ਜਸਟੀਫਾਈ ਨਹੀਂ ਕਰਦੇ ਹੈਗੇ। ਇਸ ਤੋਂ ਪਹਿਲਾਂ ਵੀ ਜਿਵੇਂ ਪੀ ਚਿਦੰਬਰਮ ਜੀ ਸੀਗੇ, ਉਹਨਾਂ 'ਤੇ ਵੀ ਕਿਸੇ ਵੱਲੋਂ ਜੁੱਤਾ ਸੁੱਟਿਆ ਗਿਆ ਸੀ। ਤੁਸੀਂ ਦੇਖ ਲਓ ਕੇਜਰੀਵਾਲ ਕਈ ਵਾਰ ਸਿਆਹੀ ਪਈ, ਥੱਪੜ ਵੱਜੇ, ਹੋਰ ਨੇਤਾਵਾਂ ਦੀਆਂ ਵੀ ਘਟਨਾਵਾਂ ਨੇ, ਅਸੀਂ ਨਹੀਂ ਕਹਿੰਦੇ। ਲੋਕ ਆਪਣੇ ਗੁੱਸੇ ਦਾ ਇਜ਼ਹਾਰ ਕਰਦੇ ਹੁੰਦੇ ਆ, ਕੋਈ ਅਜਿਹੀ ਗੱਲ ਨਹੀਂ ਹੈਗੀ। ਤੋ ਉਹਨਾਂ ਨੂੰ ਗ੍ਰਿਫਤਾਰ ਕਰਨਾ, ਉਹਨਾਂ 'ਤੇ ਕਿਸੇ ਦੀ ਕਾਰਵਾਈ ਕਰਨਾ, ਇਹ ਨਿੰਦਾ ਕਰਨ ਯੋਗ ਆ। ਮੈਨੂੰ ਨਹੀਂ ਲੱਗਦਾ ਅਜਿਹੀ ਇੱਕ ਭਾਵਨਾਵਾਂ ਦਾ ਪ੍ਰਗਟਾਵਾ ਹੈ, ਥਪਾਕਣ। ਠੀਕ ਹੈ ਜੀ। ਸੋ ਇਸ ਕਰਕੇ ਇਹਦੇ ਬਾਰੇ ਗਾਹ ਮੋਰਚਾ ਵਿਚਾਰ ਕਰਕੇ ਅਗਲੀ ਰਣਨੀਤੀ ਤੈਅ ਕਰੂਗਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਪ੍ਰੀਤ ਸਿੰਘ ਮਿੱਠਾ, ਭਾਰਤੀ ਕਿਸਾਨ ਯੂਨੀਅਨ ਦੁਆਬਾ, ਜ਼ਿਲ੍ਹਾ ਕਪੂਰਥਲਾ ਪ੍ਰਧਾਨ। ਅੱਜ ਜਿਹੜੀ ਘਟਨਾ ਹੋਈ ਆ, ਜਿਹੜੀ ਕੰਗਨਾ ਰਣਾਉਤ ਕਿਸਾਨ ਅੰਦੋਲਨ ਦੇ ਵਿੱਚ ਬੈਠੀਆਂ ਬੀਬੀਆਂ ਨੂੰ ਕਹਿੰਦੀ ਸੀ 100-100 ਰੁਪਏ 'ਤੇ ਇਹ ਧਰਨੇ 'ਤੇ ਆਈਆਂ ਹੋਈਆਂ, ਉਹਨਾਂ ਨੂੰ ਥੱਪੜ ਮਾਰਨ ਵਾਲੀ ਸਾਡੀ ਭੈਣ ਕੁਲਵਿੰਦਰ ਕੌਰ, ਪਿੰਡ ਮਾਹੀਵਾਲ ਤਲਵੰਡੀ ਚੌਧਰੀਆਂ, ਜ਼ਿਲ੍ਹਾ ਕਪੂਰਥਲਾ ਦੀ ਰਹਿਣ ਵਾਲੀ ਆ, ਸ਼ੇਰ ਸਿੰਘ ਮਾਹੀਵਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਨੇ, ਉਹਨਾਂ ਦੀ ਭੈਣ ਆ।
ਸੋ ਕਿਸੇ ਵੀ ਤਰ੍ਹਾਂ ਦਾ ਸਰਕਾਰ ਨੇ ਅਗਰ ਉਸ ਭੈਣ ਦੇ ਨਾਲ ਕੋਈ ਧੱਕਾ ਕੀਤਾ ਜਾਂ ਵਧੀਕੀ ਕੀਤੀ ਤਾਂ ਸੰਯੁਕਤ ਕਿਸਾਨ ਮੋਰਚਾ ਅਤੇ ਸਾਰੀਆਂ ਹੀ ਜਥੇਬੰਦੀਆਂ ਰਲ ਕੇ ਅਸੀਂ ਇਸਦਾ ਡਟ ਕੇ ਵਿਰੋਧ ਕਰਾਂਗੇ ਅਤੇ ਸੰਘਰਸ਼ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਪੂਰੀ ਘਟਨਾ ਤੋਂ ਬਾਅਦ CISF ਮਹਿਲਾ ਕੁਲਵਿੰਦਰ ਦੇ ਭਰਾ ਸ਼ੇਰ ਸਿੰਘ ਨੇ ਵੀ ਸਾਰੀ ਗੱਲਬਾਤ ਤੇ ਚਾਲਣਾ ਪਾਇਆ। ਉਹਨਾਂ ਨੇ ਕਿਸ ਤਰੀਕੇ ਨਾਲ ਸਾਰੀ ਗੱਲਬਾਤ ਦੱਸੀ ਹੈ, ਤੁਸੀਂ ਵੀ ਸੁਣ ਲਵੋ। ਹਾਂਜੀ, ਸ਼ੇਰ ਸਿੰਘ ਜੀ, ਅੱਜ ਇੱਕ ਘਟਨਾ ਵਾਪਰੀ ਆ, ਜਿਵੇਂ ਦੱਸਿਆ ਜਾ ਰਿਹਾ ਕਿ ਮਹਿਲਾ ਕਰਮੀ ਜਿਹੜੀ ਸਤਨਾਰ ਨੌ ਦੇ ਥੱਪੜ ਮਾਰਿਆ ਤੁਹਾਡੀ ਭੈਣ ਲੱਗਦੀ ਆ, ਕੀ ਪ੍ਰਤੀਕਿਰਿਆ ਤੁਹਾਡੀ ਇਸ ਘਟਨਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਪੂਰਥਲਾ ਦਾ ਸੰਗਠਨ ਸਕੱਤਰ ਸ਼ੇਰ ਸਿੰਘ ਮਹੀਵਾਲ ਜੀ, ਦੇਖੋ ਸਾਨੂੰ ਮੀਡੀਆ ਰਾਹੀਂ ਪਤਾ ਲੱਗਾ ਵੀ ਅੱਜ ਉੱਥੇ ਆਹ ਘਟਨਾ ਵਾਪਰੀ ਆ, ਔਰ ਹੁਣ ਸਾਨੂੰ ਪਤਾ ਲੱਗਾ ਵੀ ਉਹ ਸਿਕਿਉਰਿਟੀ ਨੂੰ ਲੈ ਕੇ ਜਿਹੜੀ ਆ ਉਹ ਘਟਨਾ ਵਾਪਰੀ ਆ, ਵੀ ਉਹਨਾਂ ਦੀ ਡਿਊਟੀ ਆ ਉੱਥੇ, ਅਤੇ ਉਹ ਜਿਹੜਾ ਸਕੈਨਰ ਦੇ ਵਿੱਚ ਦੀ ਜਿਹੜੇ ਆ ਉਹ ਪਰਸ ਵਗੈਰਾ ਜਾਂ ਉਹਨਾਂ ਦਾ ਫੋਨ ਵਗੈਰਾ ਉਹ ਉੱਧਰ ਦੀ ਕੱਢਦੇ ਆ, ਉੱਥੋਂ ਤੂੰ ਮੈਮੇ ਹੋਈ ਆ ਮੌਕੇ ਦੇ MP ਆ, ਉਹਨਾਂ ਨੇ ਕਿਹਾ ਹੋਊਗਾ ਵੀ ਅਸੀਂ ਕੀ ਜਾਣਦੇ ਹਾਂ, ਇੱਥੋਂ ਜਿਹੜੀ ਉਹ ਤੂੰ ਮੈਮੇ ਹੋਈ ਆ। ਇਹ ਵੀ ਦੱਸਿਆ ਗਿਆ ਵਾ ਕਿ ਜਿਵੇਂ ਜਾਣਕਾਰੀ ਦੇ ਅਨੁਸਾਰ ਉੱਥੇ ਏਅਰਪੋਰਟ ਤੇ ਤੁਹਾਡੀ ਭੈਣ ਦੇ ਵੱਲੋਂ ਇਹਦੀ ਆਖੀ ਗੱਲ ਗਈ ਆ ਕਿ ਕਿਸਾਨੀ ਅੰਦੋਲਨ 'ਚ ਤੁਹਾਡੀ ਮਾਤਾ ਜੀ ਬੈਠੇ ਹੋਏ ਸੀ ਅਤੇ 100-100 ਰੁਪਏ ਤੇ ਜਿਹੜੀਆਂ ਬੀਬੀਆਂ ਲਿਆਉਂਦੀਆਂ ਗਈਆਂ ਸੀ, ਇਹ ਗੱਲ ਕੰਗਨਾ ਰਣੌਤ ਵੱਲੋਂ ਆਖੀ, ਇਸ ਕਰਕੇ ਉਹਨਾਂ ਥੱਪੜ ਮਾਰਿਆ। ਦੇਖੋ ਜਿਹੜੀ ਇਹ ਗੱਲ ਆ ਰਹੀ ਆ ਜਦੋਂ ਤੂੰ ਮੈਂ ਹੋ ਗਈ ਅਤੇ ਕੰਗਨਾ ਰਣੌਤ ਜੀ ਜਿਹੜੇ ਆ ਬਹੁਤ ਪੁੱਠੇ ਸਿੱਧੇ ਜਿਹੜੇ ਉਹ ਬਿਆਨ ਦਿੰਦੇ ਰਹੇ ਆ, ਸਾਨੂੰ ਸਾਡੀਆਂ ਧੀਆਂ ਭੈਣਾਂ ਨੂੰ ਟਕੇ ਟਕੇ ਦੀਆਂ ਸਾਡੀਆਂ ਧੀਆਂ ਭੈਣਾਂ ਨੂੰ ਇਹ ਕਹਿੰਦੇ ਰਹੇ ਦਿਹਾੜੀ 'ਤੇ ਆਏ ਆ, ਜਦਕਿ ਅਸੀਂ ਪੂਰੇ ਦੇਸ਼ ਦੀ ਜਿਹੜੀ ਉਹ ਲੜਾਈ ਲੜ ਰਹੇ ਹਾਂ, ਕਿਸਾਨੀ ਦੀ ਅਤੇ ਜਵਾਨੀ ਦੀ, ਆਪਣੇ ਬੱਚਿਆਂ ਦੀ ਜਿਹੜੀ ਉਹ ਲੜਾਈ ਲੜ ਰਹੇ ਹਾਂ, ਅਤੇ ਜੇ ਇਹੋ ਜਿਹੇ ਬਿਆਨ ਦਿਓਗੇ ਤੇ ਤੂੰ ਮੈਂ ਹੋਈ ਆ ਅਤੇ ਸੁਭਾਵਿਕ ਹੀ ਆ ਵੀ ਭਾਵਨਾਵਾਂ ਜਿਹੜੀਆਂ ਉਹ ਭੜਕ ਜਾਂਦੀਆਂ ਵਾ। ਜੈ ਜਵਾਨ ਜੈ ਕਿਸਾਨ ਦਾ ਵੀ ਨਾਰਾ ਲਾਇਆ ਜਾਂਦਾ ਵਾ, ਕੀ ਤੁਸੀਂ ਦੇਖਦੇ ਆ ਕਿਉਂਕਿ ਜਿਹੜਾ ਕਿਸਾਨੀ ਅੰਦੋਲਨ ਚੱਲਿਆ ਸੀ ਔਰ ਅੱਜ ਜਵਾਨ ਨੇ ਸਾਥ ਦਿੱਤਾ ਵਾ, ਪੂਰੀਆਂ ਦੋਵਾਂ ਚੀਜ਼ਾਂ ਨੂੰ ਕਿਸ ਤਰ੍ਹਾਂ ਦੇਖਦੇ? ਦੇਖੋ ਜੈ ਜਵਾਨ ਤੇ ਜੈ ਕਿਸਾਨ ਇਹ ਦੋਵੇਂ ਚੀਜ਼ਾਂ ਜਿਹੜੀਆਂ ਇਹ ਦੇਸ਼ ਨੂੰ ਚਲਾ ਰਹੀਆਂ ਵਾ। ਕਿਸਾਨ ਜਿਹੜਾ ਵਾ ਉਹ ਖੱਤਿਆਂ ਦੇ ਵਿੱਚ ਖੇਤਾਂ ਦੇ ਵਿੱਚ ਮਿਹਨਤ ਮਜ਼ਦੂਰੀ ਜਿਹੜੀ ਕਰਕੇ ਆਪਣੇ ਵੀ ਬੱਚੇ ਪਾ ਰਿਹਾ ਅਤੇ ਦੇਸ਼ ਦਾ ਵੀ ਢਿੱਡ ਭਰ ਰਿਹਾ, ਅਤੇ ਜਿਹੜਾ ਸਾਡਾ ਜਵਾਨ ਆ ਉਹ ਬਾਰਡਰਾਂ ਤੇ ਡਿਊਟੀ ਕਰ ਰਿਹਾ ਵਾ, ਆਪਣੇ ਇਹਨਾਂ ਦੀ ਸਿਕਿਉਰਿਟੀ ਕਰ ਰਿਹਾ ਵਾ, ਅਤੇ ਇਸ ਕਰਕੇ ਜਿਹੜਾ ਵਾ ਇਹ ਦੋਵੇਂ ਜਿਹੜੇ ਆ ਜੈ ਜਵਾਨ ਤੇ ਜੈ ਕਿਸਾਨ ਜਿੰਦਾਬਾਦ ਆ ਔਰ ਜਿੰਦਾਬਾਦ ਰਹਿਣਗੇ। ਇਸ ਉਠਾਏ ਕਦਮ ਦੇ ਨਾਲ ਚਿੰਤਾ ਵਾ ਜਾਂ ਖੁਸ਼ੀ ਆ? ਦੇਖੋ ਜਿਹੜੀ ਗੱਲ ਕੰਗਨਾ ਰਣੌਤ ਜੀ ਕਹਿੰਦੇ ਸੀਗੇ ਵੀ ਟਕੇ ਟਕੇ ਦੀਆਂ ਬੀਬੀਆਂ ਦਿਹਾੜੀ ਤੇ ਆਉਂਦੀਆਂ ਵਾ, ਤੇ ਜਦੋਂ ਇਹ ਤਲਕੀ ਪੈਦਾ ਹੋਈ ਆ ਤੇ ਫਿਰ ਉਹਨਾਂ ਨੇ ਜੋ ਕੀਤਾ ਵਾ ਅਸੀਂ ਪਰਿਵਾਰ ਸਾਰਾ ਉਹਦੇ ਨਾਲ ਆ, ਹਰ ਤਰ੍ਹਾਂ ਦੀ ਕਾਰਵਾਈ ਲਈ ਤਿਆਰ ਹੋ? ਬਿਲਕੁਲ ਤਿਆਰ ਆ, ਤਤਵਰ ਆ ਜੀ, ਜਥੇਬੰਦੀ ਨਾਲ ਤੁਹਾਡੇ? ਬਿਲਕੁਲ ਨਾਲ ਆ, ਹਰੇਕ ਪੰਜਾਬ ਦਾ ਨਾਗਰਿਕ ਜਿਹੜਾ ਉਹ ਸਾਡੇ ਨਾਲ ਆ ਜੀ। ਚੰਡੀਗੜ੍ਹ ਜਾ ਰਹੇ ਹੋ? ਹਾਂਜੀ ਜਾ ਰਹੇ ਹਾਂ। ਹੁਣ ਇੱਕ ਵਾਰ ਮੁੜ ਤੋਂ ਉਹ ਸਾਰੀ ਘਟਨਾ ਤੁਹਾਨੂੰ ਦਿਖਾਉਂਦੇ ਹਾਂ ਜੋ ਕਿ ਕੱਲ੍ਹ ਮੋਹਾਲੀ ਦੇ ਏਅਰਪੋਰਟ 'ਤੇ ਵਾਪਰੀ ਹੈ, ਕਿ ਕਿਵੇਂ ਕੁਲਵਿੰਦਰ ਨੇ ਕੰਗਣਾ ਦਰਮਿਆਨ ਬਹਿਸ ਹੁੰਦੀ ਹੈ, ਦੋਵਾਂ ਦੇ ਵਿਚਾਰ ਗੱਲਬਾਤ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਗੱਲ ਇੱਕ ਥੱਪੜ ਤੱਕ ਪਹੁੰਚ ਜਾਂਦੀ ਹੈ, ਕਿ CISF ਮਹਿਲਾ ਇੱਕ ਮਹਿਲਾ MP ਨੂੰ ਥੱਪੜ ਜੜ ਦਿੰਦੀ ਹੈ। ਵੀਡੀਓ ਇਸ ਮਗਰੋਂ ਕੰਗਣਾ ਨੇ ਮੁੜ ਤੋਂ ਇੱਕ ਅਜਿਹਾ ਬਿਆਨ ਦੇ ਦਿੱਤਾ ਕਿ ਕਿਸਾਨਾਂ ਦੇ ਵਿੱਚ ਹੋਰ ਰੋਹ ਵੱਧ ਗਿਆ। MP ਕੰਗਣਾ ਰਣੌਤ ਨੇ ਮੁੜ ਤੋਂ ਪੰਜਾਬ ਦੇ ਵਿੱਚ ਅੱਤਵਾਦ ਅਤੇ ਉਗਰਵਾਦ ਵਾਲਾ ਵੱਡਾ ਬਿਆਨ ਦੇ ਦਿੱਤਾ। ਮੈਡਮ ਥੋੜ੍ਹਾ ਇੱਕ ਸੈਕਿੰਡ, ਆਪਕੋ ਵੇਟ ਕਰਨਾ ਪੜੇਗਾ ਥੋੜ੍ਹੇ, ਕੋਈ ਬਾਤ ਨਹੀਂ, ਸਭ ਇਸ ਨੂੰ ਆਤਾ ਰਹੇਗਾ।
ਇਸ ਮਗਰੋਂ ਕੰਗਣਾ ਨੇ ਮੁੜ ਤੋਂ ਇੱਕ ਅਜਿਹਾ ਬਿਆਨ ਦੇ ਦਿੱਤਾ ਕਿ ਕਿਸਾਨਾਂ ਦੇ ਵਿੱਚ ਹੋਰ ਰੋਹ ਵੱਧ ਗਿਆ। MP ਕੰਗਣਾ ਰਣੌਤ ਨੇ ਮੁੜ ਤੋਂ ਪੰਜਾਬ ਦੇ ਵਿੱਚ ਅੱਤਵਾਦ ਅਤੇ ਉਗਰਵਾਦ ਵਾਲਾ ਵੱਡਾ ਬਿਆਨ ਦੇ ਦਿੱਤਾ। ਨਮਸਤੇ ਦੋਸਤੋ, ਮੁਝੇ ਬਹੁਤ ਜ਼ਿਆਦਾ ਫੋਨ ਕਾਲਸ ਆ ਰਹੇ ਹੈ, ਮੀਡੀਆ ਕੇ ਵੀ ਔਰ ਮੇਰੇ ਸ਼ੁਭ ਚਿੰਤਕੋਂ ਕੇ ਵੀ। ਸਬਸੇ ਪਹਿਲੇ ਤੋ ਆਈ ਐਮ ਸੇਫ, ਆਈ ਐਮ ਪਰਫੈਕਟਲੀ ਫਾਈਨ। ਆਜ ਚੰਡੀਗੜ੍ਹ ਏਅਰਪੋਰਟ ਪੇ ਜੋ ਹਾਦਸਾ ਹੁਆ ਵੋ ਸਿਕਿਉਰਿਟੀ ਚੈੱਕ ਕੇ ਸਾਥ ਮੇਂ ਹੁਆ। ਵਹਾਂ ਪੇ ਮੈਂ ਸਿਕਿਉਰਿਟੀ ਚੈੱਕ ਕਰਕੇ ਜੈਸੇ ਹੀ ਨਿਕਲੀ ਤੋ ਦੂਸਰੇ ਕੈਬਿਨ ਮੇਂ ਜੋ ਮਹਿਲਾ ਥੀ, ਜੋ ਸੁਰਕਸ਼ਾ ਕਰਮਚਾਰੀ ਥੀ CISF ਕੀ, ਉਨ੍ਹੋਂਨੇ ਮੇਰੇ ਉਨਕੇ ਪਾਸ ਯਾ ਉਨਕੋ ਕ੍ਰੋਸ ਕਰਨੇ ਕਾ ਇੰਤਜ਼ਾਰ ਕੀਆ ਔਰ ਸਾਈਡ ਸੇ ਆਕਰ ਜੋ ਹੈ ਮੁਝੇ ਮੇਰੇ ਫੇਸ ਪੇ ਹਿੱਟ ਕੀਆ ਔਰ ਗਾਲੀਆਂ ਦੇਣੇ ਲੱਗੀ। ਔਰ ਜਬ ਮੈਂ ਉਨਕੋ ਪੂਛਾ ਕਿ ਉਨ੍ਹੋਂਨੇ ਐਸਾ ਕਿਉਂ ਕੀਆ ਤੋ ਉਨ੍ਹੋਂਨੇ ਕਿਹਾ ਕਿ ਵੋ ਫਾਰਮਰਸ ਪ੍ਰੋਟੈਸਟ ਕੋ ਜੋ ਹੈ ਵੋ ਸਪੋਰਟ ਕਰਤੀ ਹੈ ਔਰ ਆਈ ਐਮ ਸੇਫ, ਬਟ ਮਾਈ ਕੰਸਰਨ ਇਜ਼ ਕਿ ਜੋ ਆਤੰਕਵਾਦ ਔਰ ਉਗਰਵਾਦ ਪੰਜਾਬ ਮੇਂ ਬੜ ਰਹਾ ਹੈ, ਹਾਊ ਡੂ ਵੀ ਹੈਂਡਲ ਦੈਟ। ਥੈਂਕ ਯੂ। ਜੇਕਰ ਇਸ ਘਟਨਾ ਨੂੰ ਥੋੜ੍ਹਾ ਗੌਰ ਨਾਲ ਅਤੇ ਸੰਵੇਦਨਸ਼ੀਲ ਤਰੀਕੇ ਨਾਲ ਵੇਖਿਆ ਜਾਵੇ ਤਾਂ ਇਹ ਬਹੁਤ ਵੱਡੀ ਗੱਲ ਹੈ। ਭਾਵੇਂ ਕਿ ਸੋਸ਼ਲ ਮੀਡੀਆ 'ਤੇ ਤਰ੍ਹਾਂ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਨੇ, ਕੋਈ ਕੁਲਵਿੰਦਰ ਨੂੰ ਸਾਵਾਸ਼ੀ ਦੇ ਰਿਹਾ ਅਤੇ ਕੋਈ ਇਸ ਗੱਲ ਨੂੰ ਸਹੀ ਨਹੀਂ ਠਹਿਰਾ ਰਿਹਾ, ਪਰ ਇੱਕ ਹੋਰ ਗੱਲ ਹੈ ਕਿ ਇਸ ਦੇ ਨਾਲ ਕੋਈ ਪਹਿਲੀ ਵਾਰ ਨਹੀਂ ਹੋਇਆ ਕਿ ਕਿਸੇ ਕਿਸਾਨਾਂ ਦੇ ਲਈ ਜਾਂ ਫਿਰ ਪੰਜਾਬ ਦੇ ਲਈ ਅਜਿਹੇ ਸ਼ਬਦ ਦੀ ਵਰਤੋਂ ਕੀਤੀ ਗਈ ਹੋਵੇ। ਸੰਸਦ ਦੇ ਵਿੱਚ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਨੂੰ ਪਰਜੀਵੀ ਆਖਿਆ ਸੀ। ਇੱਕ ਪਾਸੇ ਕਿਸਾਨ ਲਗਾਤਾਰ ਆਪਣੇ ਨਾਲ ਅਤੇ ਪੰਜਾਬ ਨਾਲ ਹੋ ਰਹੇ ਵਿਤਕਰੇ ਦੀ ਗੱਲ ਕਰਦੇ ਨੇ, ਤਾਂ ਦੂਸਰੇ ਪਾਸੇ ਭਾਜਪਾ ਦੇ ਲੀਡਰ ਅਜਿਹੇ ਬਿਆਨਾਂ ਦੇ ਨਾਲ ਪੰਜਾਬ ਦੇ ਲੋਕਾਂ ਦੇ ਵਿੱਚ ਫੁੱਟ ਪਾਉਣ ਦਾ ਕੰਮ ਕਰ ਰਹੇ ਨੇ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਬੇਸ਼ੱਕ ਪੰਜਾਬ ਦੇ ਵਿੱਚ ਭਾਜਪਾ ਨੂੰ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਇੱਕ ਵੀ ਸੀਟ ਨਹੀਂ ਮਿਲੀ, ਪਰ ਭਾਜਪਾ ਦੇ ਵੋਟ ਪਰਸੈਂਟ ਦੇ ਵਿੱਚ ਵਾਧਾ ਜ਼ਰੂਰ ਹੋਇਆ। ਕੰਗਣਾ ਨੇ ਸਾਫ਼ ਸਾਫ਼ ਆਪਣੇ ਬਿਆਨ ਦੇ ਵਿੱਚ ਆਖਿਆ ਕਿ ਪੰਜਾਬ ਦੇ ਵਿੱਚ ਫੈਲ ਰਹੇ ਅੱਤਵਾਦ ਅਤੇ ਉਗਰਵਾਦ ਨੂੰ ਕਿਵੇਂ ਰੋਕਿਆ ਜਾਵੇਗਾ। ਕੁਲਵਿੰਦਰ ਨੇ ਜਿਸ ਤਰੀਕੇ ਨਾਲ MP ਨੂੰ ਥੱਪੜ ਮਾਰਿਆ ਉਹ ਸਹੀ ਨਹੀਂ ਮੰਨਿਆ ਜਾ ਸਕਦਾ। ਉਸ ਤੋਂ ਵੀ ਬਾਅਦ ਕੰਗਣਾ ਰਣੌਤ ਨੇ ਜਿਹੜਾ ਬਿਆਨ ਦਿੱਤਾ ਉਹ ਹੋਰ ਵੀ ਨਿੰਦਣਯੋਗ ਹੈ। ਅਜਿਹੇ ਬਿਆਨ ਦੇ ਕਾਰਨ ਸਿਆਸੀ ਧਰੁਵੀਕਰਨ ਕਰਕੇ ਲੋਕਾਂ ਦੇ ਵਿੱਚ ਵੰਡੀਆਂ ਪੈ ਸਕਦੀਆਂ ਨੇ ਕਿ ਪੰਜਾਬ ਦੇ ਲੋਕ ਇਸ ਸਿਆਸਤ ਨੂੰ ਸਮਝਣਗੇ ਕਿ ਤੁਸੀਂ ਇਸ ਬਾਰੇ ਕੀ ਸੋਚਦੇ ਹੋ, ਕਿਉਂਕਿ ਇਹ ਬਹੁਤ ਹੀ ਵੱਡੀ ਗੱਲ ਹੈ ਕਿ ਇੱਕ MP ਨੂੰ ਥੱਪੜ ਮਾਰਿਆ ਜਾਣਾ ਅਤੇ ਭਾਜਪਾ ਦੇ ਉਸ MP ਦੇ ਵੱਲੋਂ ਮੁੜ ਤੋਂ ਪੰਜਾਬ ਦੇ ਵਿੱਚ ਅੱਤਵਾਦ ਅਤੇ ਉਗਰਵਾਦ ਨੂੰ ਰੋਕਣ ਦੀ ਗੱਲ ਕਹੀ ਜਾਣੀ, ਕਿਉਂਕਿ ਭਾਜਪਾ ਦੇ ਵੱਲੋਂ ਅਕਸਰ ਹੀ ਪੰਜਾਬੀਆਂ ਨੂੰ ਇਸ ਤਰੀਕੇ ਦੇ ਤੰਜ ਨਿਸ਼ਾਨੇ ਜਾਂ ਫਿਰ ਸ਼ਬਦਾਂ ਦੇ ਨਾਲ ਡੂੰਘੀ ਸੱਟ ਪਹੁੰਚਾਈ ਜਾਂਦੀ ਹੈ, ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾਂਦੀ ਹੈ ਕਿ ਪੰਜਾਬ ਦੇ ਵਿੱਚ ਕਿਸ ਤਰੀਕੇ ਨਾਲ ਅੱਤਵਾਦ ਫੈਲਿਆ ਹੋਇਆ, ਪੰਜਾਬੀਆਂ ਨੂੰ ਅੱਤਵਾਦੀ ਦੱਸਿਆ ਜਾਂਦਾ ਹੈ, ਕਿਸਾਨਾਂ ਨੂੰ ਅੱਤਵਾਦੀ ਦੱਸਿਆ ਜਾਂਦਾ ਹੈ। ਪਰ ਇਸ ਘਟਨਾ ਤੋਂ ਬਾਅਦ ਮੁੜ ਤੋਂ ਕੰਗਣਾ ਨੇ ਉਹ ਵਿਵਾਦ ਛੇੜ ਦਿੱਤਾ ਹੈ ਜਿਸ 'ਤੇ ਵੱਖ ਵੱਖ ਨਤੀਜੇ ਕੱਢੇ ਜਾ ਰਹੇ ਨੇ, ਜਿਸ ਦੀ ਵੱਖ ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਨੇ। ਪਰ ਤੁਸੀਂ ਇਸ ਮਾਮਲੇ ਬਾਰੇ ਕੀ ਸੋਚਦੇ ਹੋ, ਕਿਉਂਕਿ ਇੱਕ ਪਾਸੇ ਸਰਕਾਰ ਅਜਿਹੇ ਬਿਆਨਬਾਜ਼ੀ ਦੇ ਨਾਲ ਲੋਕਾਂ ਦੇ ਵਿੱਚ ਫੁੱਟ ਪਾਉਂਦੀਆਂ ਨੇ, ਪਰ ਦੂਸਰੇ ਪਾਸੇ ਸਿਆਸਤਦਾਨ ਅਜਿਹੀ ਫੁੱਟ ਦਾ ਫਾਇਦਾ ਚੱਕਦੇ ਨੇ। ਹੁਣ ਵੇਖਣ ਵਾਲੀ ਗੱਲ ਇਹ ਅਹਿਮ ਰਹੇਗੀ ਕਿ ਆਖਿਰਕਾਰ ਪੰਜਾਬ ਦੇ ਲੋਕ ਪੰਜਾਬ ਦੀ ਜਵਾਨੀ ਕਿਸ ਤਰੀਕੇ ਨਾਲ ਇਹਨਾਂ ਸਿਆਸਤਦਾਨਾਂ ਦੀ ਚਾਲ ਨੂੰ ਸਮਝੇਗੀ ਅਤੇ ਕਿਸ ਤਰੀਕੇ ਨਾਲ ਪੰਜਾਬੀਆਂ ਦੇ ਜੋ ਮਨਾਂ ਦੇ ਵਿੱਚ ਇੱਕ ਕ੍ਰੋਧ ਪੈਦਾ ਹੋਇਆ
ਅਤੇ ਪੰਜਾਬੀਆਂ ਨੂੰ ਹਮੇਸ਼ਾ ਅੱਤਵਾਦੀ ਉਗਰਵਾਦੀ ਕਿਹਾ ਜਾਂਦਾ, ਉਸ ਮਾਮਲੇ ਦੇ ਵਿੱਚ ਕਿਸਾਨ ਕਿੰਨੇ ਕੁ ਸੰਵੇਦਨਸ਼ੀਲ ਤਰੀਕੇ ਨਾਲ ਆਪਣੇ ਭਾਵਨਾਵਾਂ 'ਤੇ ਕਾਬੂ ਰੱਖਣਗੇ ਤਾਂ ਜੋ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਅਜਿਹਾ ਮਾਹੌਲ ਖਰਾਬ ਨਾ ਹੋਵੇ, ਕਿਉਂਕਿ ਜਿਹੜਾ ਦਰਦ ਪਹਿਲਾਂ ਪੰਜਾਬ ਨੇ ਹੰਢਾਇਆ, ਪੰਜਾਬ ਮੁੜ ਤੋਂ ਉਹ ਦੌਰ ਵੇਖਣਾ ਨਹੀਂ ਚਾਹੇਗਾ। ਸੋ ਸਿਆਸਤਦਾਨਾਂ ਦਾ ਕੰਮ ਸਿਆਸਤ ਕਰਨਾ ਹੁੰਦਾ, ਪਰ ਇਸ ਵਾਰ ਆਮ ਲੋਕਾਂ ਦਾ ਕੰਮ, ਆਮ ਪਬਲਿਕ ਦਾ ਕੰਮ ਉਹਨਾਂ ਦੇ ਇਹਨਾਂ ਚਾਲਾਂ ਨੂੰ ਕਾਮਯਾਬ ਨਹੀਂ ਹੋਣ ਦੇਣਾ ਹੁੰਦਾ। ਹੁਣ ਵੇਖਾਂਗੇ ਕਿ ਆਖਿਰਕਾਰ ਪੰਜਾਬ ਦੇ ਲੋਕ ਇਸ ਪੂਰੇ ਮਾਮਲੇ ਨੂੰ ਕਿਸ ਤਰੀਕੇ ਨਾਲ ਸੋਚਦੇ ਨੇ, ਵਿਚਾਰਦੇ ਨੇ। ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਆਖਿਰਕਾਰ ਤੁਸੀਂ ਇਸ ਪੂਰੇ ਮਾਮਲੇ ਬਾਰੇ ਕੀ ਸੋਚਦੇ ਹੋ।